सारे मसीह समाज वालों साढ़े पंजाब भर के अच्छे नुमाइंदे सारे चर्चा के कैथलिक चर्च में सी एन आई आ पेंटीकोस्टल आ खामरा चर्च आ खोजेवाल चर्च आ उन्होंने सारे चर्चा ने मेन पंजाब भर तो नुमाइंदे अच्छे इतने हाजिर हो मिस्टर हमीद ते लॉरेंस चौधरी नाँ के दो शख्स आ जोड़े अपने आप को कम्यूनिटी के लीडर भी कहते हैं लेकिन अज सारी कम्यूनिटी ने एक फैसला लिया वा कि इन दो बंदियां दा कौम दे विचों बाहीकार किया जाए इन्हों कौम दे विचों छेकिया जाए जिन्हें पंजाब दे क्रिश्चन लीडर्स आ सारे और सारिया डिनोमीनेशन सारे चर्चस सारे इकट्ठे हुए मीटिंग की गई है उहदे विच सर्वसहमति नाल एक फैसला लिया गया है कि ये जिहड़े दो बंदे आ इन्हां दे नाल कौम दा कोई मसीह भाईचारे का कोई लेना देना नहीं आ इन्हां दे किसी भी बयान नूं जो भी एक किसी भी कम्यूनिटी वालों देंगे उन्होंने रद्द समझा जाए उन्होंने अणगौलिया किया जाए क्योंकि ये कौम वालों नहीं आ कौम के सारे मसीह भाईचारे इन्होंने दोनों छेकिया जाता की कारण है क्यों क्यों क्योंकि इन्होंने साडे मेन लाइन चर्चस वालों भी यह फैसला लिया गया साडे जिहड़े वड्डे चर्चस आ उन्हां दे खिलाफ साडे धार्मिक आगू जिहड़े चर्चस उन्हां दे खिलाफ बोलदे आ जिहड़े साडे धार्मिक रीति रिवाज जिहड़े प्रार्थना करन दे या जो बाइबल दे अनुसार आ चंगियाई सभावां दे उन्हां दे खिलाफ बोलदे आ बाइबल जदों असीं पढ़दे आ ते बाइबल सानूं इह दसदी आ कि जिहड़े पोलिटिकल लीडर आ उन्हां नूं पास्टर लोकां ने थापिया ਪਾਸਟਰ ਲੋਕਾਂ ਨੇ ਉਹਨਾਂ ਨੂੰ ਮਸਲਾ ਕੀਤਾ ਹੈ ਜਦਕਿ ਇਹ ਉਲਟ ਕੰਮ ਕਰਦੇ ਆ ਇਹ ਪਾਸਟਰਾਂ ਦੇ ਉੱਤੇ ਕੰਟਰੋਲ ਕਰਨਾ ਚਾਹੁੰਦੇ ਆ ਜੋ ਕਿ ਕਦੀ ਵੀ ਅਸੀਂ ਕਰਨ ਨਹੀਂ ਦੇਵਾਂਗੇ ਦੋ ਸ਼ਖਸ ਜਿਨ੍ਹਾਂ ਦਾ ਨਾਂ ਲਿਆ ਜਾ ਰਿਹਾ ਹਮੀਦ ਮਸੀਹ ਤੇ ਲਾਰੈਂਸ ਚੌਧਰੀ ਇਹਨਾਂ ਲੋਕਾਂ ਨੇ ਉਹ ਜਿਹੜੇ ਤੁਹਾਨੂੰ ਸਭ ਨੂੰ ਯਾਦ ਹੋਊਗਾ ਵੀ ਪਿਛਲੇ ਦਿਨਾਂ ਦੇ ਵਿੱਚ ਮਸੀਹਾਂ ਦੇ ਨਾਮ ਦੇ ਨਾਲ ਵੀ ਇਹਨਾਂ ਨੇ ਇੱਕ ਫਸਾਦ ਖੜਾ ਕੀਤਾ ਸੀ ਵੀ ਕੋਈ ਵੀ ਜਿਹੜਾ ਪ੍ਰਭੂ ਯਸ਼ੂ ਮਸੀਹ ਨਾਮ ਲੇਵਾ ਉਹ ਆਪਣੇ ਨਾਂ ਦੇ ਨਾਲ ਸਿੰਘ ਵਰਮਾ ਸ਼ਰਮਾ ਜਾਂ ਨਰੂਲਾ ਕੋਈ ਨਾਂ ਨਹੀਂ ਲਾ ਸਕਦਾ ਜਿਹੜਾ ਕਿ ਬਿਲਕੁਲ ਹੀ ਗੈਰ ਸੰਵਿਧਾਨਿਕ ਹੈ ਇਹਨਾਂ ਨੇ ਇਹ ਟੌਪਿਕ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਜਾ ਕੇ ਉਠਾਇਆ ਸੀ ਸਿੰਘ ਸਾਹਿਬ ਗਿਆਨੀ ਗੁਰਬਾਣੀ ਜੀ ਕੋਲ ਅਤੇ ਸਿੰਘ ਸਾਹਿਬ ਨੇ ਵੀ ਇਹਨਾਂ ਕੋਲ ਇਹੀ ਕਿਹਾ ਸੀ ਵੀ ਨਹੀਂ ਇਹ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ ਵੀ ਅਸੀਂ ਕਿਸੇ ਦੇ ਨਾਵਾਂ ਦੇ ਉੱਤੇ ਕੋਈ ਬੈਨ ਲਾਈਏ ਜਿਹੜਾ ਸਿੰਘ ਸ਼ਬਦ ਹੈ ਇਹ ਬਾਈਬਲ ਵੱਲੋਂ ਹੀ ਤੁਹਾਡੀ ਜਾਣਕਾਰੀ ਲਈ ਦੱਸਦਾ ਵੀ ਬਾਈਬਲ ਦੇ ਵਿੱਚ 98 ਟਾਈਮ ਸਿੰਘ ਸਿੰਘਲੀ ਸ਼ਬਦ ਦਾ ਜ਼ਿਕਰ ਕੀਤਾ ਗਿਆ ਔਰ ਕਿਤੇ ਵੀ ਇਹੋ ਜਿਹਾ ਨਹੀਂ ਜੇਕਰ ਹੈਗਾ ਵੀ ਪ੍ਰਭੂ ਯਸ਼ੂ ਮਸੀਹ ਦਾ ਨਾਮ ਲੈਣਾ ਜਾਂ ਤੁਸੀਂ ਉਹਨਾਂ ਦੀ ਮਾਨਤਾ ਕਰਨੀ ਆ ਤੇ ਪਹਿਲਾਂ ਆਪਣਾ ਨਾਮ ਬਦਲੋ ਪਰ ਇਹਨਾਂ ਦੋਵਾਂ ਲੋਕਾਂ ਨੇ ਪਤਾ ਨਹੀਂ ਕਿਹੜੀ ਮਰਿਆਦਾ ਖੜੀ ਕਰਨ ਲਈ ਕੋਸ਼ਿਸ਼ ਕੀਤੀ ਸੀ ਉਹ ਇਹਨਾਂ ਦੀ ਕਾਮਯਾਬ ਨਹੀਂ ਹੋਈ ਹੋਰ ਤੇ ਕੁਛ ਨਹੀਂ ਜਦੋਂ ਹੁਣ ਦੇਖਿਆ ਇਹਨਾਂ ਨੇ ਵੀ ਉਹ ਡੇਰੇ ਦਾ ਰਾਮ ਰੌਲਾ ਜਿਹਾ ਖੜਾ ਹੋਇਆ ਰਾਮ ਰਹੀਮ ਦਾ ਹੁਣ ਇਹ ਲੋਕ ਪਵਿੱਤਰ ਚਰਚਾਂ ਦਾ ਨਾਮ ਹੀ ਉਧਰ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਡੇ ਗਾੜੀ ਡੇਰਾਦਾਰੀ ਕਹਿੰਦੇ ਰਹੇ ਵੀ ਉਹ ਡੇਰੇਦਾਰੀ ਚਲਾ ਰਹੇ ਆ ਦੇਖੋ ਪਰਮੇਸ਼ੁਰ ਦੇ ਪਵਿੱਤਰ ਭਵਨਾਂ ਨੂੰ ਇਹ ਡੇਰਿਆਂ ਦਾ ਨਾਮ ਮੈਂ ਡੇਰਿਆਂ ਦੀ ਨਿੰਦਿਆ ਨਹੀਂ ਕਰ ਰਿਹਾ ਇਸ ਸ਼ਬਦ ਦੇ ਵਿੱਚ ਬਟ ਜੋ ਨਾਮ ਆ ਜੀ ਸ੍ਰੀ ਹਰਿਮੰਦਰ ਸਾਹਿਬ ਆ ਤੇ ਉਹ ਸ੍ਰੀ ਹਰਿਮੰਦਰ ਸਾਹਿਬ ਹੈ ਜੇ ਸ੍ਰੀ ਦੁਰਗਿਆਣਾ ਮੰਦਰ ਹੈ ਉਹ ਸ੍ਰੀ ਦੁਰਗਿਆਣਾ ਮੰਦਰ ਹੈ ਅਤੇ ਜੇ ਪ੍ਰਭੂ ਯਸ਼ੂ ਮਸੀਹ ਦੇ ਨਾਮ ਲੈਣ ਲਈ ਇੱਕ ਜਿਹਨੂੰ ਆਪਾਂ ਚਰਚ ਕਹਿੰਦੇ ਹਾਂ ਉਹਨਾਂ ਨੂੰ ਤੁਸੀਂ ਡੇਰਾ ਨਹੀਂ ਕਹਿ ਸਕਦੇ ਠੀਕ ਹੈ ਅਸੀਂ ਇਸ ਚੀਜ਼ ਦਾ ਵੀ ਖੰਡਨ ਕਰਦੇ ਹਾਂ ਵੀ ਇਹਨਾਂ ਲੋਕਾਂ ਨੇ ਜੋ ਕੋਸ਼ਿਸ਼ ਕੀਤੀ ਹੈ ਦੰਗਾ ਫਸਾਦ ਕਰਾਉਣ ਦੀਆਂ ਤਿਆਰੀਆਂ ਵੀ ਨਾਮ ਲਾਇਆ ਦਿੱਤਾ ਵੀ ਇਹ ਲੋਕ ਗਲਤ ਪ੍ਰਚਾਰ ਕਰਕੇ ਦੰਗੇ ਫਸਾਦ ਕਰਾਉਣ ਦੀ ਕੋਸ਼ਿਸ਼ ਕਰਦੇ ਆ ਆਪਣੇ ਆਪ ਨੂੰ ਛੁਪਾਉਣ ਲਈ ਅਸੀਂ ਸਮੂਹ ਮਸੀਹ ਭਾਈਚਾਰਾ ਟੋਟਲ ਪੰਜਾਬ ਦੇ ਵਿੱਚੋਂ ਇਹਨਾਂ ਦੋਵਾਂ ਸ਼ਖਸਾਂ ਦਾ ਸੋਸ਼ਲ ਬਾਈਕਾਟ ਕਰ ਸਰ ਉਹ ਐਲੀਗੇਸ਼ਨ ਜਿਹੜਾ ਲਗਾਉਂਦੇ ਆ ਉਹਦੇ ਬਾਰੇ ਦੱਸੋ ਵੀ ਉਹ ਸਹੀ ਐਲੀਗੇਸ਼ਨ ਲਗਾਉਂਦੇ ਜਾਂ ਗਲਤ ਉਹ ਕਹਿੰਦੇ ਉੱਥੇ ਮਨਮੱਤ ਹੁੰਦੀ ਹੈ ਬਾਈਬਲ ਦੀ ਆੜ 'ਚ ਯਿਸੂ ਮਸੀਹ ਨੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਕਈ ਅਲੱਗ ਅਲੱਗ ਢੰਗ ਨਾਲ ਕਈ ਰੋਗੀਆਂ ਨੂੰ ਠੀਕ ਕੀਤਾ ਤੇਲ ਬਾਰੇ ਵੀ ਲਿਖਿਆ ਗਿਆ ਅੰਜੀਰ ਦੇ ਬਾਰੇ ਵੀ ਉਹਦੇ ਪੱਤਿਆਂ ਬਾਰੇ ਵੀ ਲਿਖਿਆ ਗਿਆ ਇਹ ਕੋਈ ਪਾਪ ਨਹੀਂ ਆ ਇਹ ਚੀਜ਼ਾਂ ਨੂੰ ਬਾਈਬਲ ਦੇ ਵਿੱਚ ਵੇਰਵਾ ਇਹਦਾ ਇਹ ਕੋਈ ਵੀ ਗਲਤ ਨਹੀਂ ਆ
ਔਰ ਜਿਹੜਾ ਡੇਰਾਵਾਦ ਦਾ ਲਫ਼ਜ਼ ਵਰਤਿਆ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਤੇ ਇਹਨਾਂ ਨਾਲ ਅਟੈਕ ਨਹੀਂ ਉਹ ਦੂਸਰਾ ਜਿੱਦਾਂ ਕਹਿੰਦੇ ਵੀ ਪਾਸਬੁੱਕ ਕਰੋ ਤੁਹਾਡੇ ਬੈਂਕ 'ਚ ਪੈਸਾ ਆ ਜਾਏਗਾ ਤੁਸੀਂ ਮੋਬਾਈਲ ਕਰੋ ਤੁਹਾਡਾ ਰੀਚਾਰਜ ਹੋ ਜਾਏਗਾ ਇਹ ਐਲੀਗੇਸ਼ਨਸ ਉਹਨਾਂ ਨੇ ਲਗਾਏ ਇੱਦਾਂ ਦਾ ਕੋਈ ਕਿਸੇ ਚਰਚ 'ਚ ਕੋਈ ਕੰਮ ਨਹੀਂ ਹੁੰਦਾ ਨਾ ਕੋਈ ਪਾਸਟਰ ਇੱਦਾਂ ਦੀ ਕੋਈ ਗੱਲ ਕਰਦਾ ਇਹ ਇਹਨਾਂ ਦੇ ਆਪਣੇ ਮਨਘੜਤ ਸਟੋਰੀਆਂ ਬਣਾ ਕੇ ਇਹ ਕੁਝ ਸਿੱਖ ਜਥੇਬੰਦੀਆਂ ਨੂੰ ਸਾਡੇ ਖਿਲਾਫ਼ ਕਰ ਮਤਲਬ ਤੁਹਾਡਾ ਕਹਿਣ ਦਾ ਵੀ ਉਹ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਝੂਠੀ ਝੂਠਾ ਇਹ ਜਿਹੜਾ ਇਹਨਾਂ ਦਾ ਸਾਰਾ ਹੈ ਕਿ ਪੰਜਾਬ ਦੇ ਵਿੱਚ ਸਿੱਖਾਂ ਦੇ ਸਾਈਆਂ ਵਿੱਚ ਦੰਗੇ ਕਰਵਾਏ ਜਾਣ ਅਤੇ ਇਹ ਆਪਣੀ ਲੀਡਰਸ਼ਿਪ ਦੇ ਚਮਕਾ ਸਕਣ ਇਹ ਬੰਦੇ ਦੋ ਵਾਰ ਲੀਡਰਸ਼ਿਪ ਦੇ ਭੁੱਖੇ ਆ ਹੋਰ ਇਹਨਾਂ ਦੇ ਪੱਲੇ ਕੁਛ ਨਹੀਂ ਆ ਮਸੀਹ ਭਾਈਚਾਰੇ ਦਾ ਕੋਈ ਨਾਂ ਲੈ ਕੇ ਵਰਤਦੇ ਆ ਇਹਨਾਂ ਨੇ ਅੱਜ ਤੱਕ ਇਸਤੇਮਾਲ ਕੀਤਾ ਜਦੋਂ ਕਿ ਅਸਲੀ ਮਸੀਹ ਭਾਈਚਾਰਾ ਜਿਹੜਾ ਇਹਨਾਂ ਦੇ ਨਾਲ ਨਹੀਂ ਆ ਸਿਰਫ ਇਹਨਾਂ ਦੀਆਂ ਇੰਨਾ ਗਲਤ ਨੀਤੀਆਂ ਕਰਕੇ ਕਿਉਂਕਿ ਸਾਡੇ ਪਾਸਟਰ ਸਾਹਿਬਾਨ ਸਾਡੇ ਧਾਰਮਿਕ ਆਗੂ ਸਾਡੇ ਪੂਜਨੀ ਹੈ ਉਹ ਸਾਨੂੰ ਪ੍ਰਭੂ ਦੇ ਬਾਰੇ ਦੱਸਦੇ ਆ ਅਤੇ ਅਸੀਂ ਉਹਨਾਂ ਨੂੰ ਉਨਤਾ ਇੱਜ਼ਤ ਮਾਣ ਦਿੰਦੇ ਹਾਂ ਜੇ ਉਹਨਾਂ ਨੂੰ ਕੋਈ ਗਲਤ ਕਹੂਗਾ ਸਾਡੀਆਂ ਧਾਰਮਿਕ ਭਾਵਨਾ ਨੂੰ ਠੇਸ ਲੱਗਦੀ ਹੈ ਅਸੀਂ ਇਹ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਏ ਹਾਂ ਇਹਨਾਂ ਦੇ ਪਰਚੇ ਦਰਜ ਕਰਾਉਣ ਲਈ ਅਸੀਂ ਐਪਲੀਕੇਸ਼ਨ ਦੇ ਕੇ ਆਏ ਹਾਂ ਇਹਨਾਂ ਨੇ ਸਾਡੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਆ ਔਰ ਨਾਲ ਸਿੱਖ ਧਰਮ ਨਾਲ ਵੀ ਖਿਲਵਾੜ ਕਰ ਰਹੇ ਆ ਉਹਨਾਂ ਨੂੰ ਗਲਤ ਭਰਮਾ ਕੇ ਸਾਡੇ ਇੱਕ ਦੂਜੇ ਨੂੰ ਲੜਾਉਣ ਦੀ ਕੋਸ਼ਿਸ਼ ਕਰ ਰਹੇ ਆ ਹਿਸਟਰੀ ਦੇ ਵਿੱਚ ਇਹ ਪਹਿਲੀ ਵਾਰ ਕ੍ਰਿਸਚਨ ਕਮਿਊਨਿਟੀ ਇੱਕ ਪਲੇਟਫਾਰਮ ਤੇ ਆ ਕੇ ਕਿਉਂਕਿ ਜਦੋਂ ਇਹਨਾਂ ਨੇ ਇਹ ਬਦਤਮੀਜ਼ੀ ਕੀਤੀ ਆ ਹਮੀਦ ਨੇ ਔਰ ਲਾਰੈਂਸ ਚੌਧਰੀ ਨੇ ਉਹਨੂੰ ਜਦੋਂ ਸਾਰਿਆਂ ਨੇ ਪੜਿਆ ਤਾਂ ਉਹਨਾਂ ਨੇ ਇੱਕਦਮ ਸਾਰਿਆਂ ਦਾ ਦਿਲ ਰੁੰਗੇ ਗਏ ਔਰ ਉਹਨਾਂ ਨੇ ਕਿਹਾ ਕਿ ਇਹ ਹੱਦ ਇਹਨਾਂ ਨੇ ਕ੍ਰੋਸ ਕਰ ਗਏ ਆ ਪਹਿਲਾਂ ਪੰਜਾਬ 'ਚ ਮਾਹੌਲ ਹੋਰ ਸੀਗੇ ਉਸ ਤਰ੍ਹਾਂ ਰਣਨੀਤੀਆਂ ਚੱਲਦੀਆਂ ਸੀ ਅੱਜ ਪੰਜਾਬ 'ਚ ਮਾਹੌਲ ਕੀ ਆ ਕਿ ਇੱਕ ਗਲਤ ਬਾਬਾ ਰਾਮ ਰਹੀਮ ਦੇ ਕਰਕੇ ਉਸ ਵਜ੍ਹਾ ਦਾ ਕਰਕੇ ਇੱਕ ਮਾਹੌਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਧਰਮ ਨੂੰ ਫੜੋ ਦੂਜੇ ਦੇ ਨਾਲ ਉਹਦਾ ਮਤਭੇਦ ਪੈਦਾ ਕਰੋ ਤੇ ਲੜਾਈ ਕਰਾ ਦਿਓ ਜਾਂ ਉਹਨਾਂ ਨੂੰ ਨੀਚਾ ਦਿਖਾ ਦਿਓ ਉਹ ਕਿਉਂ ਹੋ ਰਿਹਾ ਇਹਨਾਂ ਦੇ ਪਿੱਛੇ ਫੰਡਿੰਗ ਹੋ ਰਹੀ ਆ ਇੱਕ ਡੈਨੀਅਲ ਮੱਟੂ ਨੋਟ ਕਰੋ ਤੁਸੀਂ ਡੈਨੀਅਲ ਮੱਟੂ ਅਮੈਰੀਕਾ ਤੋਂ ਇਹਨਾਂ ਨੂੰ ਫੰਡਿੰਗ ਕਰ ਰਿਹਾ ਵਾ ਹਮੀਦ ਮਸੀਹ ਲਾਰੈਂਸ ਚੌਧਰੀ ਨੂੰ ਮੈਂ ਤੁਹਾਨੂੰ ਕਲੀਅਰ ਕਰਦਾ ਕਿਉਂ ਅੰਗੇਜ ਹੋਏ ਇਹਨਾਂ ਨੇ ਕਿਹਾ ਕਿ ਸਾਨੂੰ ਤੁਸੀਂ ਲੀਡਰਸ਼ਿਪ ਦਿਓ ਸਾਡੇ ਹੱਥ ਫੜਾਓ ਲਗਾਮ ਉਹਦੀ ਖਾਮਰੇ ਚਰਚ ਦੀ ਖੋਜਿਆ ਚਰਚ ਦੀ ਅਗਰ ਇਹ ਗਲਤ ਆ ਤਾਂ ਤੁਸੀਂ ਜਦੋਂ ਮਰਜ਼ੀ ਪੁੱਛ ਲਓ ਫਿਰ ਕੈਥੋਲਿਕ ਚਰਚ ਦੀ ਸੀਐਨਆਈ ਚਰਚ ਦੀ ਹੋਰ ਵੀ ਸਾਰੀਆਂ ਜਿਹੜੀਆਂ ਚਰਚਾਂ ਜਦੋਂ ਅਸੀਂ ਇਹਨਾਂ ਦੀ ਆਓ ਭਗਤ ਕਰਦੇ ਸੀਗੇ ਇਹਨਾਂ ਨੂੰ ਪੈਸੇ ਦਿੰਦੇ ਸੀਗੇ ਉਦੋਂ ਠੀਕ ਆ ਜਦੋਂ ਇਹਨਾਂ ਨੇ ਕਿਹਾ ਪੋਲੀਟੀਕਲ ਤੁਸੀਂ ਸਾਡੇ ਨਾਲ ਚੱਲੋ ਅਸੀਂ ਉਹਨਾਂ ਨੂੰ ਮਨਾ ਕਰ ਦਿੱਤਾ ਅਸੀਂ ਕਿਹਾ ਅਸੀਂ ਪੋਲੀਟੀਕਲ ਨਹੀਂ ਚੱਲ ਸਕਦੇ ਨਾ ਸਾਨੂੰ ਲੋੜ ਆ ਅੱਜ ਤੁਹਾਡੇ ਸਾਹਮਣੇ ਜੋ ਵੀ ਬੈਠੇ ਆ ਇਹ ਨੋਟ ਕਰਿਓ ਜੀ ਇਹ ਪੋਲੀਟੀਕਲ ਨਹੀਂ ਗਏ ਇਹ ਸਾਰੇ ਬੰਦੇ ਸਾਰੇ ਇੱਕ ਦੀ ਉਹਦੀ ਆਪਣੀ ਆਪਣੀ ਸੰਸਥਾਵਾਂ ਵੱਡੀਆਂ ਸੰਸਥਾ ਦੇ ਮਾਲਕ ਆ ਆਪਾਂ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਇਹਨਾਂ ਨੂੰ ਅਸੀਂ ਨਾ ਕਰ ਦਿੱਤੀ ਇਹਨਾਂ ਨੇ ਕੀ ਕਿਹਾ ਇਹਨਾਂ ਨੇ ਸ਼ਰੇਆਮ ਅਸੀਂ ਇੱਕ ਐਪਲੀਕੇਸ਼ਨ ਵੀ ਦਿੱਤੀ ਪਹਿਲਾਂ ਵੀ ਉਮੀਦ ਦੇ ਖਿਲਾਫ਼ ਇਹਨਾਂ ਨੇ ਕਿਹਾ ਕਿ ਅਸੀਂ ਤੁਹਾਨੂੰ ਰੋਲ ਕੇ ਦਿਖਾਵਾਂਗੇ ਉਹਦੀਆਂ ਵੀਡੀਓ ਡੈਨੀਅਲ ਮੱਟੂ ਤੁਸੀਂ ਨੈਟ ਤੇ ਪਾਓ ਉਹਨੇ ਸ਼ਰੇਆਮ ਕਿਹਾ ਕਿ ਤੁਸੀਂ ਆਪਣਾ ਚਰਚ ਬੰਦ ਕਰੋ ਨਹੀਂ ਤਾਂ ਮੈਂ ਸਿੱਖ ਜਥੇਬੰਦੀਆਂ ਨੂੰ ਸਾਰੇ ਜਥੇਬੰਦੀਆਂ ਨੂੰ ਭੜਕਾ ਕੇ ਤੁਹਾਨੂੰ ਰੋਲ ਦਊਂਗਾ ਉਹਨੇ ਵੀਡੀਓ ਪਾਈ ਹੋਈ ਆ ਉਹ ਸ਼ਰੇਆਮ ਬੰਦਾ ਕਰ ਰਿਹਾ ਕੰਮ ਫੈਰਿਸ ਜੀ ਇਹ ਜਿਹੜੇ ਹਮੀਦ ਮਸੀਹ ਹੈਗੇ ਆ ਇਹਨਾਂ ਨੂੰ ਕ੍ਰਿਸਚੀਅਨਿਟੀ ਦਾ ਸਰਟੀਫਿਕੇਟ ਵਾਸਤੇ ਦਿੱਤਾ ਕਿੰਨੇ ਹੈਗੇ ਆ ਇਹ ਸੀਐਨਆਈ ਸਾਡੀ ਡਿਨੋਮੀਨੇਸ਼ਨ ਆ ਉਹਦੇ ਵੀ ਮੈਂਬਰ ਨਹੀਂ ਆ ਜੀ ਉਹਦੇ ਵੀ ਮੈਂਬਰ ਨਹੀਂ ਫਿਰ ਇਹ ਹੈ ਕਿਹਦੇ ਆ ਇਹ ਹੈ ਕਿਸੇ ਦੇ ਵੀ ਆ ਜੀ ਉਹ ਪੈਸੇ ਮੈਂ ਉੱਥੇ ਜਾਂਦੇ ਆ ਇਹਦਾ ਤਾਂ ਮੇਨ ਮਕਸਦ ਆ ਪੈਸੇ ਲੋਕਾਂ ਨੌਕਰੀ ਦੇ ਨਾਂ ਤੇ ਉੱਥੇ ਇਹ ਸਾਰੇ ਇਹ ਸਿਰਫ ਪੈਸੇ ਦਾ ਖੇਲ ਚੱਲਦਾ ਪਿਆ ਵਾ ਫੰਡਿੰਗ ਦੇਖੋ ਆਪਣੇ ਧਰਮ ਦੇ ਬੰਦੇ ਨੂੰ ਕੋਈ ਮਾੜਾ ਕਹੂਗਾ ਚਾਹੇ ਤੁਸੀਂ ਕਿਸੇ ਵੀ ਆਪਾਂ ਧਰਮ 'ਚ ਬਿਲੋਂਗ ਕਰਦੇ ਕਦੀ ਆਪਣਾ ਢਿੱਡ ਵੀ ਚੱਕੂਗਾ ਕੋਈ ਬੰਦਾ ਝੱਗਾ ਚੱਕ ਕੇ ਢਿੱਡ ਦਿਖਾਊਗਾ ਕਿਉਂ ਜਦੋਂ ਹੱਥੋਂ ਟੱਪ ਜਾਂਦਾ ਤੇ ਇੱਕ ਬਾਪ ਵੀ ਆਪਣੇ ਬੇਟੇ ਨੂੰ ਬੇਦਖਲ ਕਰ ਦਿੰਦਾ ਇੱਕ ਟਾਈਮ ਆਉਂਦਾ ਉਹਦਾ ਉਹ ਟਾਈਮ ਇਸ ਬੰਦੇ ਦਾ ਆ ਚੁੱਕਾ ਵਾ ਇਸ ਕਰਕੇ ਅੱਜ ਅਸੀਂ ਇਹਨੂੰ ਬੇਦਖਲ ਕਰਦੇ ਹਾਂ ਆਪਣੇ ਸਮਾਜ ਦੇ ਵਿੱਚੋਂ ਔਰ ਸਾਡੀ ਸਿੱਖ ਜਥੇਬੰਦੀਆਂ ਦੇ ਨਾਲ ਅਸੀਂ ਫਿਰ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਜਿਹੜੇ ਲੋਕ ਉਹਨਾਂ ਦੇ ਨਾਲ ਆਏ ਸੀ ਉਹਨਾਂ ਨੂੰ ਬਿਲਕੁਲ ਵੀ ਕੁਛ ਵੀ ਨਹੀਂ ਦੱਸਿਆ ਗਿਆ ਸੀਗਾ ਕੁਛ ਵੀ ਉਹਨਾਂ ਨੂੰ ਗਲਤ ਸਹੀ ਦੱਸ ਕੇ ਇਹ ਬੰਦੇ ਨੇ ਉਹਨਾਂ ਨੂੰ ਕੀਤਾ ਜਿਹੜੀ ਸਹੀ ਗੱਲ ਆ ਉਹ ਇਹੀ ਆ ਕਿ ਸਾਡੀ ਸਾਰੀ ਕੌਮ ਸਿੱਖ ਜਥੇਬੰਦੀਆਂ ਦੇ ਨਾਲ ਆ ਕਿਉਂਕਿ ਅਸੀਂ ਪੰਜਾਬ 'ਚ ਰਹਿਣਾ ਅਸੀਂ ਇੱਥੇ ਜੰਮੇ ਪਲੇ ਹਾਂ ਸਾਡਾ ਇੱਥੇ ਵਿਚਕਰਾ ਵਾ ਅਸੀਂ ਇੱਥੇ ਹੀ ਰਹਿਣਾ ਸਦਾ ਵੀ ਅਸੀਂ ਆਪਣਾ ਸਾਰੇ ਕਾਰ ਬਾਜ਼ਾਰ ਇੱਥੇ ਕਰਨੇ ਆ ਇਸ ਕਰਕੇ ਸਾਡਾ ਸਾਰਿਆਂ ਦੇ ਨਾਲ ਸਿੱਖਾਂ ਨਾਲ ਹਿੰਦੂਆਂ ਨਾਲ ਮੁਸਲਮਾਨਾਂ ਨਾਲ ਸਾਰਿਆਂ ਨਾਲ ਸਾਡਾ ਪਿਆਰ ਆ ਉਹ ਸਦਾ ਬਣਿਆ ਰਹੂਗਾ ਪਰ ਜਿਹੜੇ ਇੱਦਾਂ ਦੇ ਲੋਕ ਆ ਉਹਨਾਂ ਦਾ ਅਸੀਂ ਅੱਜ ਸਿਰਫ ਪੈਸਾ ਮੈਂ ਦੱਸਿਆ ਤੈਨੂੰ ਡੈਨੀਅਲ ਮੱਟੂ ਉਹਨੂੰ ਫੰਡਿੰਗ ਕਰ ਰਿਹਾ ਸਿਰਫ